ਅੱਜ ਦੀ ਵੀਡੀਓ ਦੇ ਵਿੱਚ ਦੋ ਤਮਾਸ਼ੇ ਇੱਕ ਤਾਂ ਉਠ ਜਿਹੜੇ ਨੇ ਕੋਠੇ ਤੇ ਚੜ ਵੈਂਦੇ ਨੇ 150 ਬਈ ਚੜਦੇ ਨੇ ਯਾਨੀ ਕਮੈਂਟ ਦੇ ਸਾਇਸ ਉਹ ਬਈ ਵਾਕੇ ਚੜ ਵੈਂਦੇ ਨੇ ਜਾਂ ਨਹੀਂ ਚੜਦੇ ਗਾਂ ਤੇ ਗੇ ਸੁਣਦੇ ਆਸੇ ਕੋਠੇ ਤੇ ਚੜ ਗਈ ਏ ਤੇ ਇੱਕ ਹੋਰ ਬੜਾ ਦਿਲਚਸਪ ਪੁਆਇੰਟ ਹੈ ਵੀਡੀਓ ਦੇ ਵਿੱਚ ਵੀਡੀਓ ਮੁਕੰਮਲ ਵੇਖ ਸੋ ਵੀਡੀਓ ਨੂੰ ਸ਼ੇਅਰ ਕਰਿਆ ਸੋ ਇਨਸ਼ਾਅੱਲਾ ਬੜਾ ਮਜ਼ਾ ਆਸੀ ਅੱਜ ਬਾਤ ਅਸਾਂ ਜਨਾਬ ਕਾਫੀ ਜ਼ਿਆਦਾ ਸਰਦੀ ਆਈ ਜਿਸ ਵਿੱਚ ਜਦੋਂ ਅੱਜ ਦੇਸੀ ਕੁੱਕੜ ਇੱਕ ਜ਼ਬਾ ਕੀਤਾ ਔਰ ਉਸ ਨੂੰ ਪਕਾਉਂਦੇ ਬੈਠਿਆ ਆਪ ਦੇਸੀ ਚੁੱਲਾ ਆਪੇ ਤਿਆਰ ਕਰਸਾਂ ਕਾਲੀ ਮਿਰਚਵਿ ਪਾਕ ਔਰ ਖਸਾਏ ਬੱਚੇ ਜਿਹੜੇ ਨਾਲ ਬੈਠੇਨ ਆਗੀ ਸਕੇਂਦੇ ਬੈਠੇਨ ਸਰਦੀ ਹੈ ਨਾ ਅੱਜ ਤੇ ਇਨਸ਼ਾਅੱਲਾ ਖਸਾਏ ਬੜਾ ਮਜ਼ਾ ਬਣ ਆਉਣ ਆਲੇ ਇਸ ਕੁੱਕਰ ਦੀ ਲਾਤ ਦੇ ਵਿੱਚ ਕੋਈ ਧਾਗਾ ਆੜ ਗਿਆ ਢੰਗਾ ਆਇਆ ਵਦਸ ਇਸ ਸਾਈਡ ਤੇ ਅਸਾਂ ਸੀਡੀ ਯਾਨੀ ਪੌੜੀ ਲਾਈ ਹੋਈ ਓ ਉੱਤੇ ਇਰਤਨਾ ਮੁਰਗੇ ਦੇ ਇੰਡੇ ਦੀਨੀਆ ਸਾਹਮਣੇ ਉੱਤੇ ਚੜਵਾਣੀ ਨੋਲ ਜਾ ਤੇ ਰਾਤੀ ਬਾਣੀ ਇਸ ਜਗ੍ਹਾ ਤੇ ਨਾ ਰਿਚ ਹੰਡੇ ਰਿਆਨੀ ਨੂੰ ਪੌੜੀ ਤੇ ਚੜ ਗਿਆ ਤੇ ਵਾਈਂ ਅੰਡੇ ਚਾਗਦੇ ਛੋਟੇ ਓਠ ਦੀਆਂ اٹਕੇ ਲੀਆਂ ਕਹ ਲੈ ਵੱਡੇ ਓਠ ਨਾਲ ਵਾਈਂ ਕਰੀਂਦਾ ਕਹ ਲੈ ਡਾਚੀ ਨਾਲ ਲਾ ਕਰੀਂਦਾ ਇਹ ਵੇਦੇ ਕਿ ਕਰਿੰਦੇ ਜੋ ਓਏ ਹੋਏ ਵੱਡਾ ਓਠ ਦੇਖ ਰੂ ਧਰਖ ਚਾਹਦਾ आज की वीडियो बड़ी दिलचस्प और मज़ेदार बना आ ली है नाल ना वीडियो शेयर कर लैसो लाइक कर लैसो और जोड़े नवे दोस्त आए सा जरूर सबसक्राइब मार गए सो आज की बड़ी मज़ेदार और दिलचस्प वीडियो बना नाली है फेसबुक पेज वेख रहे हो तो फेसबुक पेज में फॉलो कर लै सो और वीडियो शेयर कर लै सो छोटो परली साइड तो खलोता है और हूँ छलांगा लैंदा खलोता है ਤੇ ਵੱਡਾ ਉਠ ਜਿਹੜਾ ਵੇਖ ਕੇ ਵੈਸੇ ਵੀ ਉਸ ਨੂੰ ਜੋਸ਼ ਆ ਖਲੋਤਾ ਕਿ ਉਹ ਛੋਟਾ ਉਠ ਜਿਹੜਾ ਛੁੜਾਈ ਵਧਾ ਕਿਰਾ ਮੈਂ ਵੀ ਛੁੜਾ ਮੰਜਾ ਤੇ ਮੈਂ ਵੀ ਯਾਰ ਕਰਾਂ ਇਹ ਵੇਖਿਆ ਵੀ ਇਹ ਹੁਣ ਚੱਕ ਮਾਰਨੇ ਸ਼ੁਰੂ ਕਰੇ ਸੀ ਔਰ ਛਲਾਂਗਾ ਲਾਉਣੇ ਸ਼ੁਰੂ ਕਰਦੇ ਸੀ ਡਾਚੀ ਦਤੂ ਹੈ ਓਈ ਸ਼ਾ ਜੰਗੀ ਛਲਾਂਗ ਮਾਰੀ ਭਾਈ ਉੱਤੋਂ ਛਲਾਂਗ ਮਾਰ ਕੇ ਤੇ ਪਾਰ ਹੀ ਕਰਵਨ ਦਿਨ ਬਾਅਦ ਉਹ ਕੱਤ ਜੇ ਲਿ ਪਿਛੋਂ ਸਪੀਡ ਚਾਵਨ ਛੋਟ ਉਠਿਆ ਨੇ ਲੱਤਾਂ ਦੇ ਵਿੱਚੋਂ ਸਿਰ ਪਿਛੋਂ ਬਾਹਰ ਕੱਢੀ ਖਲੋ ਤਾਂ ਮਲੂਮ ਹੁੰਦਾ ਉੱਠਦੀਆਂ ਦੋ ਗਰਦਨਾਂ ਮਹਿਸੂਸ ਨਹੀਂ ਹੁੰਦੇ ਲਿਕਨ ਆ ਲਖੇ ਇੱਕ ਗਰਦਨ ਲੱਤਾਂ ਦੇ ਵਿਚਾਲੇ ਚ ਸਿਰ ਪਿਛੇ ਤੇ ਕੱਢਦੇ ਨੇ ਮਹਿਸੂਸ ਹੁੰਦੇ ਕਿ ਦੋ ਗਰਦਨਾਂ ਗਈਆਂ ਉੱਠਦੀਆਂ ਸਰਦੀ ਇਤਨੀ ਹੈ ਕਿ ਮੇਰੇ ਹੱਥ ਕੰਬ ਕੰਬ ਰਹੇ ਨੇ ਕੈਮਰਾ ਜਿਹੜਾ ਹਲਦਾ ਜੁਲਦਾ ਪਏ ਰਲੀ ਸੈਡ ਤੋਂ ਫਿਰ ਕਿਆ ਦਾ ਫਿਰ ਦੁਬਾਰਾ ਵੱਤ ਛਲਾਂਗ ਲਾਈ ਸੀ ਤਾ ਲੁੱਟਪਦਾ ਪਈਆ ਨਹੀਂ ਰੁਕ ਗਏ ਹੁਣ ਵੱਡੇ ਉੱਠਦੀ ਪਾਰੀਏ ਛਲਾਂਗ ਮਾਰਨ ਤੇ ਇਹ ਛਲਾਂਗ ਮਾਰੂਗੀ 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 ਛਲਾਂਗ ਨਹੀਂ ਬਚ ਗਈ ਇਹ ਬਾਂਦਾ ਪਈ ਹੁਣ ਉਸ ਉੱਤੇ ਬਾਹਰ ਆ ਸੀ ਐਤ ਹੁਸ਼ लेकिन ने छोटे उठ को उडरदा के मेरा उते ना बाहर आवे वडा उठ तो वैसे गुस्सा करया ना ते छोटा उठ जड़ा उसने खेलना शुरू कर गंदा है। उसने जब पता को नहीं कि गुस्सा करना है या नहीं करना होश तो छोटा उठ बुड को खिलाओ अच्छा शाबाश आपस ओ चक मार के बच गए दे चक मारो आस आपस से आपस से लड़ो आपस से छोटा भी हुन बुड़कना शुरू हो गए वाल के पिछू गाटे जो चाकवाज मरे से ਬੜਾ ਕਾਬੜਾ ਲੈ ਅੰਦਾਜ਼ੇ ਚ ਈ ਹੁਣ ਬਾਂਦਾ ਨਹੀਂ ਬਾਇ ਤੋ ਉਹ ਦੂਈ ਛੋਟੋ ਉਠ ਜੜਾ ਉੱਤੇ ਚੜ ਵੰਜਾ ਸ ਚੱਕ ਮਲਿੰਦਸ ਛੋਟੋ ਉਠੀ ਅੱਗੂ ਪਿੱਛੂ ਫਿਰਦਾ ਤਾਂ ਖਲੋਤਾ ਸ ਜੋ ਹੱਥ ਪੈ ਗਿਆ ਚੱਕ ਮਾਰ ਗਿਓ ਸਹੀ ਇਦੀ ਰਾਡ ਨਿਕਲ ਵਈ ਨਹੀਂ ਆ ਚਲਾੰਗਾ ਮਾਰ ਕੇ ਆਂਦੇ ਛੋਟੇ ਉਠ ਤੇ ਡਾਚੀ ਦੀ ਲੜਾਈ ਉਹ ਇੱਕ ਤਲੁਚਾ ਕੁ ਮਰੀਦਾ ਖੁਚਾਂ ਤੇ ਡਾਚੀ ਬੱਦੀ ਹੋਈ ਓਠ ਜੜਾ ਹੈ ਉਹ ਛੁੜਾ ਜਦਾ ਦੇਨਾ ਗਨ ਸੂਰਜ ਕੋਈ ਨਾ ਨਿਕਲਿਆ ਕਪੜੇ ਖੁਸ਼ ਕਰਨ ਵਾਸਤੇ ਅਸਾਂ ਇੱਥੇ ਤਾਰ ਹੋਰ ਜਗ੍ਹਾ ਤੇ ਬੰਨ ਛੋੜੀਏਗੇ ਹੋਰ ਜਗ੍ਹਾ ਤੇ ਆਈ ਹੁਣ ਕਾਫੀ ਲੰਬਾਈ ਦੇ ਵਿੱਚ ਔਰ ਇੱਥੇ ਸਾਰਾ ਦਿਨ ਅਗਰ ਸੂਰਜ ਨਿਕਲੇ ਤਾਂ ਸਾਰਾ ਦਿਨ ਇਸ ਜਗ੍ਹਾ ਤੇ ਸੂਰਜ ਜਿਹੜਾ ਹੈ ਨਾ ਉਹ ਦੀ ਸ਼ਾਹ ਪਹੁੰਚ ਸਕਦੀ ਹੈ ਇਸ ਜਗ੍ਹਾ ਤੇ ਅਸਾਂ ਤਾਰ ਨੂੰ ਬੰਨ ਛੋੜਿਆ ਸੀ ਉਠਾਂ ਦੇ ਹੁਣ ਤਿਆਰੀ ਕਰੀਂਦੇ ਪਹਿਨਾਂ ਨੂੰ ਛੋੜ ਕੇ ਤੇ ਲੱਗੇ ਨਾ ਅਸਾਂ ਚਰਾਵਣ ਦਰੈੜ ਉਤੇ ਥੋੜੀ ਦੇਰ ਤੇ ਇਨਸ਼ਾਅੱਲਾ ਨਿਕਲਣ ਨੇ ਛੁੜੇ ਨੇ ਖੁੱਲੀ ਜਗ੍ਹਾ ਤੇ ਉੱਥੇ ਆਪਣਾ ਖੇਰ ਸਨ ਕੁਰਸਨੀ ਵਿਸਾਈ ਤੇ ਚਰਸਨ ਵਿਸਾਈ ਡਾਚੀਆਂ ਛੋੜ ਕੇ ਤੁਣ ਕੀ ਦੀਵੈ ਨੇ ਪੱਠੀ ਕਰਾਂ ਸਾਂ ਇਹਨਾਂ ਤੋਂ ਲਾਡਣ ਸਾਂ ਤੇ ਚਰਸਨ ਵਿਸਾਈ ਤੇ ਤਿਆਰੀ ਕਰ ਰਹੇ ਆਂ ਛੋਟਾ ਉੱਠਣੀ ਚਾਦਰ ਨੂੰ ਚਾਗਨ ਸੀ ਚੱਕ ਮੁਰੇਸ ਚੱਲ ਪਾ ਚੱਕ ਕੇ ਗਦਾਚੀ ਨੂੰ ਚਾਕ ਨਾਲ ਜੋਲ 663 ਹੁਣ ਚਾਦਰ ਪੱਠਿਆ ਲਈ ਇਸਨੀ ਚਾਕੇ ਤੇ ਪਰਵਾਹ ਦੇ ਸੀ ਦਾਚੀ ਨੇ ਛੋੜਨ ਦੀ ਤਿਆਰੀਆਂ ਮੁਕੰਮਲ ਅੱਛਾ ਇਹ ਚਾਦਰ ਦਾਚੀ ਦੇ ਨਾਲ ਬੰਨ ਛੋੜੇ ਸੀ ਵੱਡੇ ਨਾ ਵੰਜ ਰਾਤ ਇਸ ਵਿੱਚ ਗਾਸ਼ ਆ ਜਿਹੜਾ ਨਾ ਪੱਠ ਕਰਕੇ ਕੋਈ ਦਾਚੀਆਂ ਉੱਤੇ ਖਾਸ ਹਨ ਤੇ ਕੁਝ ਗਾ ਚਾਣ ਸੀ ਜਿਹੜਾ ਗਾਈ ਮੱਝ ਵਾਸਤੇ ਸੀ ਅੱਜ ਧੁੰਦ ਜਿਹੜੀ ਕਾਫੀ ਪਹਿਲੇ ਨਾਲੋਂ ਕਾਫੀ ਕਮ ਹੈ ਲੇਕਿਨ ਬਦਲ ਜਿਹੜੇ ਨੇ ਪੂਰੇ ਅਸਮਾਨ ਤੇ ਛਾਏ ਹੋਏ ਮਹਾਰ ਸ਼ਰ ਪਾਗ ਦੀ ਅਦਾਚੀ ਤੇ ਉਠਨੀ ਨਾਲ ਛੁੜੇ ਸੀ ਉਠ ਸ਼ਾਲਾ ਮੈਦਰ ਨਾਲ ਸੀ ਤਾਂ ਤਾਂ ਕੋਈ ਨਹੀਂ ਯਾਦਾ ਉਠ ਨੂੰ ਛੁੜੀਂਦਾ ਪਿਆ ਬੈ ਕੇ ਡੰਗਾ ਵੀ ਕਾੜ ਗੰਸੀ ਦੇ ਪੈੜਾ ਵੀ ਜਿਹੜਾ ਲੱਗਾ ਹੋਇਆ ਸਨ ਰਸੇ ਚ ਬੱਧਾ ਹੋਇਆ उस नहीं काट गए सी छोटे उठ दिए देखने तमाशे छोटा उठ जड़ा है ना छलांगा मरे सी कह ले डाची दोते कहले ले सोट दोते तानी देख के बुड़क दप ही आए पिछू पे पेरे चू नहीं छोड़ू पिछू किले चू छोड़ूंगी ਅੱਛੇ ਗਾਟੇ ਨਾਲ ਬਣਿਆ ਸੀ ਉੱਥੇ ਬਣਨਾ ਪੌਸੀਬਲ ਹਾਂ ਹੈ ਕਿਉਂ ਹੁਣ ਤਾਂ ਛੋਟਾ ਉਠੀ ਪਿੱਛੂ ਆ ਚੜਿਆ ਸ ਚਾ ਉਠ ਮੈਂ ਦੇ ਰੋੜਾ ਕਾਲ ਮੱਸੇ ਖਲੋਤਾ ਮੈਂ ਕੀ ਵੀ ਦੇ ਵੰਜਾ ਦਾਚੀ ਦਾ ਪੜਾ ਨਿਕਲਦਾ ਪਏ ਤੇ ਛੋਟ ਉੱਠ ਪਹਿਲੇ ਤਿਆਰ ਹੋਇਆ ਖਲੋਤਾ ਹੀ ਅੱਲਾ ਦੇ ਹਵਾਲੇ ਹੱਤ ਤੇਰੀਆਂ ਖੈਰਾ ਇਹ ਦੁਬਈ ਦੇ ਰਾਹ ਨਹੀਂ ਕੀ ਚੱਲ ਆ ਬਈ ਅੱਲਾ ਦੇ ਹਵਾਲੇ ਇਹਨੂੰ ਤੇ ਕਿਵੇਂ ਕੋਲ ਸੈਂਟਰ ਦੇ ਇਹਨਾਂ ਪਾਣੀ ਪਲਾ ਕੇ ਘਨ ਗਿਆ ਕਰ ਉਹ ਲੱਤ ਤੋਂ ਦੇ ਮਰੀਦਾ ਅੱਜ ਤੇ ਡਰਦਾ ਮੈਂ ਨਾ ਚੱਲ ਔਟ ਪਿਛਾਟਾ ਤੂੰ ਮੈਦਰਾਟਾ ਆ ਪਿਛਾ ਟਾ ਕਹਾਵਤ ਬਣੀ ਹੋਏ ਪੇ ਗਾਂ ਚੜ ਗਈਏ ਕੋਠੇ ਤੇ ਅਗਰ ਉੱਠ ਕੋਠੇ ਤੇ ਚੜਵਾਂ ਜੇ ਤਾਂ ਕੀ ਹੁੰਦਾ ਪਹਿਲੇ ਕਦਾ ਯਾਰ ਕਾ ਵੀਡੀਓ ਵੇਖੇ ਤਾਂ ਜ਼ਰੂਰ ਕਮੈਂਟ ਸੈਕਸ਼ਨ ਇਸ ਦੱਸੇ